ਸਟੇਜ ਤੇ ਗਾਉਣਾ ਕੀ ਚੜ੍ਹਨਾ ਬਹੁਤ ਵੱਡੀ ਗੱਲ ਹੈ, ਪਰ ਅੱਜ ਮੇਰਾ ਪਿੰਡ ਆ, ਕੁਛ ਨੀ ਕਰ ਸਕਦੇ, ਮੈਂ ਗਾਊਂਗਾ। ਚਲੋ ਠੀਕ ਆ, ਪਾਲਾਂ ਮੇਰਾ ਨਵਾਂ ਜਿਹਾ ਗੀਤ ਹੈ ਜੀ, ਮੱਖਣ ਬਰਾੜ ਸਾਹਿਬ, ਪਰਸ਼ੋਤਮ ਲਾਲ ਸ਼ਰਮਾ ਜੀ, ਸਾਡੇ ਸਾਰੇ ਪਿੰਡ ਨੂੰ ਨਜ਼ਰ ਜਾਂ ਫਿਰ ਚੰਡੀਗੜ੍ਹੋਂ ਪਹਿਲਾਂ ਗਾਣਾ ਮੇਰਾ ਪਸੰਦ ਕੀਤਾ ਗਿਆ ਸੀਗਾ, ਵੀ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ। ਉਸ ਤੋਂ ਬਾਅਦ 2 ਸਾਲ ਪਿੰਡ ਰਹਿਣਾ ਪਿਆ ਸੀ, ਉਸ ਤੋਂ ਬਾਅਦ ਦੇ ਹਾਲਾਤ ਹੈ। ਬੜੇ ਬਹਾਨੇ ਮਾਰੇ ਮੈਂ ਚੰਡੀਗੜ੍ਹ ਰਹਿਣ ਲਈ, ਕੁਝ ਨੀ ਬਚਿਆ ਕੋਲ ਮੇਰੇ ਘਰਦਿਆਂ ਨੂੰ ਕਹਿਣ ਲਈ। ਉਹ ਮੇਰੇ ਉਹ ਯਾਰੋ ਗੱਲ ਵਿਚਾਰੋ, ਡੁੱਬਦੀ ਬੇੜੀ ਪਾਰ ਉਤਾਰੋ। ਸਾਰਿਆਂ ਨੂੰ ਸ਼ੱਕ ਪੈ ਗਿਆ ਮੇਰੇ ਬੈਡ ਕਰੈਕਟਰ ਤੇ, ਜਦ ਬਾਪੂ ਕਹਿੰਦਾ ਆ ਜਾ ਕੰਜਰਾ ਬੈਡ ਕਰੈਕਟਰ ਤੇ, ਬਾਪੂ ਕਹਿੰਦਾ ਆ ਜਾ ਕੰਜਰਾ ਬੈਡ ਕਰੈਕਟਰ ਤੇ, ਬੈਡ ਕਰੈਕਟਰ ਤੇ ਆ ਜਾ ਬੈਡ ਕਰੈਕਟਰ ਤੇ। ਚਲੋ।
ਉਹ ਨਾ ਉਹ ਸੇਲੀ ਨਾ ਉਹ ਬੇਲੀ ਨਾ ਉਹ ਥਾਂ ਦਸਦੀ ਰਾਜ ਮੱਲ ਕੇ ਖੇਤਾਂ ਵਿੱਚ ਬਸ ਸੁਣ ਗਾਂ ਦਸਦੀ ਥਾਲੀ ਵਰ ਕੇ ਆ ਗਏ ਜਿਉਂ ਜ਼ਿੰਦਗੀ ਦੇ ਚੈਪਟਰ ਤੇ ਥਾਲੀ ਵਰ ਕੇ ਆ ਗਏ ਜਿਉਂ ਜ਼ਿੰਦਗੀ ਦੇ ਚੈਪਟਰ ਤੇ ਬਾਪੂ ਕਹਿੰਦਾ ਆ ਜਾ ਕੰਦਰਾ ਬੈਠ ਤੇਰੇ ਘਰ ਤੇ ਸਰਦਾਰ ਜੀ ਕਹਿੰਦਾ ਆ ਜਾ ਕੰਦਰਾ ਬੈਠ